ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਇਹ ਵੀਡੀਓ ਜਿਵੇਂ ਜਿਵੇਂ ਉਮਰ ਗੁਜ਼ਰਦੀ ਜਾਂਦੀ ਹੈ ਤਿਵੇਂ ਤਿਵੇਂ ਇਹ ਅਹਿਸਾਸ ਹੁੰਦਾ ਹੈ ਕਿ ਮਾਂ ਬਾਪ ਹਰ ਗੱਲ ਬਾਰੇ ਸਹੀ ਹੀ ਕਹਿੰਦੇ ਸੀ ਬੋਲ ਲੈਣ ਦਿਓ ਉਹਨਾਂ ਨੂੰ ਜੋ ਤੁਹਾਡੇ ਬਾਰੇ ਗੱਲਾਂ ਕਰਿਆ ਕਰਦੇ ਨੇ ਕਿਉਂਕਿ ਖਾਲੀ ਭਾਂਡਾ ਹਮੇਸ਼ਾ ਹੀ ਆਵਾਜ਼ ਜ਼ਰੂਰ ਦਿੰਦਾ ਹੈ ਇੱਕ ਅੰਗਰੇਜ਼ ਨੇ ਬਾਬਾ ਭਾਈ ਵੀਰ ਜੀ ਨੂੰ ਪੁੱਛਿਆ ਵੀ ਗੋਲਡਨ ਟੈਂਪਲ ਸ਼੍ਰੀ ਹਰਿਮੰਦਰ ਸਾਹਿਬ ਅਤੇ ਤਾਜ ਮਹਿਲ ਵਿੱਚ ਕੀ ਫਰਕ ਹੈ ਅਤੇ ਭਾਈ ਵੀਰ ਜੀ ਨੇ ਬੜਾ ਹੀ ਸੋਹਣਾ ਜਵਾਬ ਦਿੱਤਾ ਸੀ ਕਿ ਤਾਜ ਮਹਿਲ ਵਿੱਚ ਮੌਤ ਦਾ ਸਨਾਟਾ ਹੈ ਅਤੇ ਦਰਬਾਰ ਸਾਹਿਬ ਦੇ ਵਿੱਚ ਮੁਰਦਿਆਂ ਨੂੰ ਵੀ ਜਿਉਂਦਾ ਕਰ ਦਿੱਤਾ ਜਾਂਦਾ ਹੈ ਖੁਸ਼ੀਆਂ ਭਾਵੇਂ ਨਿੱਕੀਆਂ ਨੇ ਅਸੀਂ ਆਪ ਕਮਾਈਆਂ ਨੇ ਕਿੰਝ ਦੱਸੀਏ ਇਹ ਠੋਕਰਾਂ ਨਾਲ ਸਾਨੂੰ ਜ਼ਿੰਦਗੀ 'ਚ ਜਿਉਣਾ ਸਿਖਾਇਆ ਹੈ ਸਾਨੂੰ ਅਕਲ ਠੋਕਰਾਂ ਦੇ ਨਾਲ ਆਈ ਹੈ ਸਬਰ ਬਹੁਤ ਵੱਡੀ ਚੀਜ਼ ਹੈ ਜਿਸ ਕੋਲ ਆ ਗਿਆ ਉਹ ਤਰ ਗਿਆ